ਅਸੀਂ ਪਟਿਆਲਾ ਕਾਲੀ ਮਾਤਾ ਮੱਥਾ ਟੇਕਣ ਗਏ ਸੀ ਪੂਰਾ ਫੈਮਿਲੀ ਨਾਲ, ਅਤੇ ਉਸ ਤੋਂ ਬਾਅਦ ਅਸੀਂ ਤਾਂ ਇੱਥੋਂ ਆਰਾਮ ਨਾਲ ਗਏ, ਉੱਥੋਂ ਅਸੀਂ ਆਏ, ਉਸ ਤੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਪਟਿਆਲਾ ਅਸੀਂ ਚੜ੍ਹਨ ਲੱਗੇ ਬੱਸ ਸਟੋਪ, ਹਾਂਜੀ ਨਵੇਂ ਬੱਸ ਸਟੈਂਡ ਤੋਂ ਅਸੀਂ ਚੜ੍ਹਨ ਲੱਗੇ, ਉਸ ਤੋਂ ਉਹਨੇ ਸਾਨੂੰ ਮਤਲਬ ਕਿ ਕਹਿੰਦਾ ਟਿਕਟ ਇੱਥੇ ਕਟਵਾਓ ਬਾਹਰੋਂ, ਫਿਰ ਅਸੀਂ ਬਾਹਰ ਟਿਕਟ ਕਟਵਾ ਕੇ ਅੰਦਰ ਜਾਣ ਲੱਗੇ, ਉਸ ਤੋਂ ਮੇਰੀ ਭਾਣ ਜੀ ਸੀਗੀ, ਮੇਰੀ ਭੈਣ ਦੀ ਕੁੜੀ ਸੀਗੀ, ਉਹ ਪਿੱਛੋਂ ਚੜ੍ਹਨ ਲੱਗੀ,
ਉਹ ਪਿੱਛੋਂ ਚੜ੍ਹਨ ਲੱਗੀ ਬੱਚੀ ਛੋਟੀ, ਫਿਰ ਉਹ ਕਹਿੰਦਾ ਓਏ ਓਏ ਰੁਕੋ ਇੱਧਰ, ਪਹਿਲਾਂ ਤਾਂ ਉਹਨੇ ਬਦਤਮੀਜ਼ੀ ਨਾਲ ਬੋਲਿਆ, ਫਿਰ ਮੈਂ ਕਿਹਾ ਪਿਆਰ ਨਾਲ ਵੀ ਬੋਲ ਸਕਦੇ ਤੁਸੀਂ, ਫਿਰ ਉਹ ਕਹਿੰਦਾ ਕਿ ਕੀ ਹੋਇਆ ਕੀ ਹੋਇਆ, ਮੈਂ ਕਿਹਾ ਬਦਤਮੀਜ਼ੀ ਨਾਲ ਨਾ ਬੋਲੋ, ਫਿਰ ਗੱਲ ਕਰ, ਮੈਂ ਕਿਹਾ ਮੈਨੂੰ ਗੱਲ ਕੱਢੀ, ਮੈਂ ਕਿਹਾ ਗੱਲ ਨਾ ਕੱਢੋ ਤੁਸੀਂ, ਉਸ ਤੋਂ ਇਹ ਹੋ ਗਈ, ਉਸ ਤੋਂ ਮੇਰੇ ਮੈਨੂੰ ਖਿੱਚ ਕੇ ਥੱਪੜ ਮਾਰਿਆ, ਕਹਿੰਦਾ ਮੈਂ ਕਿਹਾ ਥੱਪੜ ਕਿਉਂ ਮਾਰ ਰਹੇ ਹੋ ਤੁਸੀਂ, ਨਾ ਤੁਹਾਡੀ ਬੱਸ ਨਾ ਮੇਰੀ ਬੱਸ ਨਾ ਤੁਹਾਡੇ ਪਿਓ ਦੀ ਬੱਸ, ਇਹ ਸਰਕਾਰੀ ਰੋਡ ਵੇਜ ਹੈ, PRTC ਹੈ, ਠੀਕ ਹੈ ਨਾ। ਉਸ ਤੋਂ ਬਾਅਦ ਉਹਨੇ ਮੈਨੂੰ ਹੋਰ ਮਾਰਿਆ, ਮੈਨੂੰ ਦੱਬ ਦੱਬ ਕੇ ਥੱਪੜ, ਦੋ ਤਿੰਨ ਥੱਪੜ ਮਾਰੇ ਮੈਨੂੰ, ਉਸ ਤੋਂ ਮੈਨੂੰ ਬੈੱਡ 'ਤੇ ਲਿਟਾ ਤਾ, ਸੀਟ 'ਤੇ ਲਿਟਾ ਤਾ, ਮੇਰੀ ਮੰਮੀ ਨੂੰ ਵੀ ਮਾਰਿਆ ਖਿੱਚ ਕੇ ਤਿੰਨ ਚਾਰ ਥੱਪੜ, ਮੰਮੀ ਨੂੰ ਮਾਰਨ ਤੋਂ ਬਾਅਦ ਮੇਰੇ ਪਿੱਛੋਂ ਤੋਂ ਟੀ-ਸ਼ਰਟ ਫੜ ਲਿਆ ਮੰਮੀ ਨੇ, ਮੈਨੂੰ ਜਦ ਮਾਰਨ ਦੇਖਿਆ ਮੰਮੀ ਨੇ ਪਿੱਛੋਂ ਟੀ-ਸ਼ਰਟ ਫੜ ਲਿਆ ਉਹਦਾ ਡਰਾਈਵਰ ਦਾ, ਫਿਰ ਉਸ ਤੋਂ ਡਰਾਈਵਰ ਨੇ ਮੰਮੀ ਨੂੰ ਖਿੱਚ ਕੇ ਘੁੰਮ ਕੇ ਮਾਰਿਆ ਮੰਮੀ ਨੂੰ, ਉਸ ਤੋਂ ਬਾਅਦ ਮੈਂ ਪਿੱਛੋਂ ਤੋਂ ਫੜਿਆ, ਮੇਰੀ ਬੂਆ ਉਹਨੇ ਸਾਰਿਆਂ ਨੇ ਫੜਿਆ, ਉਸ ਤੋਂ ਬਾਅਦ ਉਹਨੇ ਪਿੱਛੋਂ ਮੈਨੂੰ ਲਿਟਾ ਤਾ ਮੈਨੂੰ ਬੈੱਡ 'ਤੇ ਸਿੱਟ ਤਾ, ਸੀਟ 'ਤੇ ਤਿੰਨ ਜਿਹੜੀ ਤਿੰਨ ਸੀਟ ਆ ਤਿੰਨ ਸੀਟ 'ਤੇ ਮੈਨੂੰ ਸਿੱਟ ਤਾ, ਉਸ ਤੋਂ ਬਾਅਦ ਮੇਰੀ ਮੇਰੀ ਮੰਮੀ ਨੂੰ ਵੀ ਚੱਕ ਕੇ ਸਿੱਟ ਤਾ, ਉੱਪਰ ਚੜ੍ਹ ਕੇ ਖਿੱਚ ਖਿੱਚ ਕੇ ਮਾਰਿਆ ਤਿੰਨ ਚਾਰ ਥੱਪੜ ਮੇਰੀ ਅਤੇ ਮੰਮੀ ਨੂੰ, ਇੰਨਾ ਤਾਂ ਮੈਨੂੰ ਨਹੀਂ ਪਤਾ ਨਸ਼ਾ ਕੀਤਾ ਹੋਇਆ ਸੀਗਾ, ਅੰਦਰ ਪੁਲਿਸ ਵੀ ਕਹਿ ਰਹੀ ਇੱਕ ਕੇਸ ਹੋਰ ਆਈ ਹੋਈ ਹੈ ਇਹਦੀ ਕੰਡਕਟਰ ਦੀ, ਉਹਨੂੰ ਸਾਨੂੰ ਬਦਤਮੀਜ਼ ਬਹੁਤ ਤਰੀਕੇ ਨਾਲ ਸਰ ਉਹਨੇ ਸਾਨੂੰ ਮਾਰਿਆ ਹੈਗਾ, ਵੀਡੀਓ ਹੈਗੀ ਹੈ। ਇਹ ਗੱਡੀ ਪਟਿਆਲਾ ਟੂ ਨੰਗਲ ਜਾ ਰਹੀ ਸੀ ਜੀ, ਜਦੋਂ ਪਟਿਆਲੇ ਬੱਸ ਸਟੈਂਡ 'ਚ ਗੱਡੀ ਕਾਊਂਟਰ ਲੱਗੀ ਆ, ਮੈਂ ਟਿਕਟਾਂ ਕੱਟਣ ਲੱਗਿਆ ਗਾ, ਲੇਡੀਜ਼ ਸਵਾਰੀਆਂ ਆਈਆਂ, ਚਲੋ ਮੈਂ ਪਹਿਲਾਂ ਅਨੰਦਪੁਰ ਸਾਹਿਬ ਦੀਆਂ ਨੰਗਲ ਦੀਆਂ ਟਿਕਟਾਂ ਕੱਟੀਆਂ, ਇਹ ਸਰਹੰਦ ਦੀਆਂ ਸਵਾਰੀਆਂ ਆਈਆਂ, ਇਹ 6-7 ਸਵਾਰੀਆਂ ਨਾਲ 5-4 ਜਵਾਕ ਨੇ ਜੀ। ਮੈਂ ਇਹਨਾਂ ਨੂੰ ਕਿਹਾ ਵੀ 3 ਸਾਲ ਤੋਂ ਉੱਪਰ ਬੱਚੇ ਦੀ ਡੇਟ ਲੱਗੂ, ਜਦੋਂ ਇਹਨਾਂ ਨੇ ਪਹਿਲਾਂ 2 ਟਿਕਟਾਂ ਕਟਾਈਆਂ, 2 ਬੱਚੇ ਉਦੋਂ ਅੰਦਰ ਲੈ ਗਈਆਂ ਲੁਕੋ ਕੇ, ਉਦੋਂ ਬਾਅਦ 1 ਡੇਟ ਕਟਾਈ, 2 ਬੱਚੇ ਫਿਰ ਲੈ ਗਈਆਂ। ਮੈਂ ਵਿੱਚ ਗਿਆ, ਮਹਾਂ ਭਾਈ ਆ ਜਿਹੜੇ ਬੱਚੇ ਬੈਠੇ ਇਹਨਾਂ ਦੀ ਟਿਕਟ ਲਓ, ਇਹਨਾਂ ਦੇ ਨਾਲ ਇੱਕ ਕੁੜੀ ਆ, ਉਹ ਕਹਿੰਦੀ ਇਹ ਤੇਰੇ ਪਿਓ ਦੀ ਬੱਸ ਆ, ਤੂੰ ਐਂ ਬੋਲਦਾ, ਤੂੰ ਜੇ ਬੋਲਦਾ, ਉਹ ਮੂਹਰੇ ਹੋ ਗਈ, 2 ਲੇਡੀਜ਼ ਸਾਈਡ 'ਤੇ ਹੋ ਗਈਆਂ, 1 ਪਿੱਛੇ ਹੋ ਗਈਆਂ, ਇਹਨਾਂ ਨੇ ਮੇਰੇ ਥਾਪੜੇ ਮਾਰੇ, ਮੇਰੀ ਪੱਗ ਲਾਹੀ ਆ, ਮੇਰਾ ਪਾੜਿਆ ਕਮੀਜ਼ ਜੀ। ਉਦੋਂ ਬਾਅਦ ਅਸੀਂ ਬੱਸ ਸਟੈਂਡ ਤੋਂ ਗੱਡੀ ਉੱਥੋਂ ਤੋਰੀ ਥਾਣੇ ਵੱਲ ਨੂੰ ਆ ਰਹੇ ਹਾਂ, ਸਾਨੂੰ ਕਹਿੰਦੇ ਅਸੀਂ ਯੂਪੀ ਦੇ ਹੁੰਦੇ ਹਾਂ, ਅਸੀਂ ਤੈਨੂੰ ਵੱਢ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ। ਅਸੀਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਜੀ, ਜਦੋਂ ਇਹ ਯੂਪੀ ਦੇ ਵਸਨੀਕ ਨੇ, ਇਹਨਾਂ ਦਾ ਪੰਜਾਬ 'ਚ ਆਧਾਰ ਕਾਰਡ ਕਿਉਂ ਬਣਾਇਆ ਜਾਂਦਾ ਗਾ, ਮੈਂ ਸਿੱਖ ਭਾਈ ਹਾਂ, ਮੇਰੀ ਇਹਨਾਂ ਨੇ ਪੱਗ ਕਿਉਂ ਲਾਹੀ ਹੈਗੀ। ਬਾਈ ਜੀ ਉੱਥੇ ਸਵਾਰੀਆਂ ਸੀ, ਤੁਸੀਂ ਸਵਾਰੀਆਂ ਤੋਂ ਸਾਰਿਆਂ ਤੋਂ ਡਿਬੇਟ ਲੈਂਦੇ, ਕੀ ਸਵਾਰੀਆਂ ਨੇ ਕਿਹਾ, ਜੇ ਸਵਾਰੀਆਂ ਹਾਂ ਮੇਰੇ ਪੱਖ 'ਚ ਨਹੀਂ ਖੜਦੀਆਂ, ਜੋ ਮੈਨੂੰ ਬਣਦੀ ਕਾਰਵਾਈ ਉਹ ਸਜ਼ਾ ਦਿੱਤੀ ਜਾਵੇ ਜੀ। ਅਤੇ ਇਹਨਾਂ ਨੂੰ ਆਪਣਾ ਐਂ ਹੁੰਦਾ ਵੀ ਅਸੀਂ ਬੱਚੇ ਦੀ ਟਿਕਟ ਨਾ ਕਟਾਈਏ, ਸਾਡੇ 20-50 ਲੱਗਣਗੇ, ਅਸੀਂ ਤਾਂ ਫ੍ਰੀ ਸਫ਼ਰ ਕਰਦੇ ਹਾਂ ਜੀ। ਉਹ ਬੱਚੇ ਦੀ 25 ਰੁਪਏ ਦੀ ਟਿਕਟ ਲੈਣ ਪਿੱਛੇ ਇਹਨਾਂ ਨੇ ਆਹ ਕੁਛ ਕਰਿਆ ਜੀ, ਜਿਹਦੇ ਕਰਕੇ ਇਹਨਾਂ ਨੇ ਬਾਈ ਜੀ ਮੇਰੇ ਹੱਥ 'ਚ ਕੈਸ਼ ਸੀਗਾ, ਮੇਰੇ ਹੱਥ 'ਚੋਂ ਕੈਸ਼ ਖੋ ਹੋਇਆ ਗਾ, ਜਿਹੜਾ ਮੇਰੇ ਹੱਥ 'ਚ ਕੈਸ਼ ਸੀਗਾ ਅਤੇ ਮੇਰਾ ਝੋਲਾ ਫੜਿਆ ਗਾ, ਮੇਰੇ ਆਲੇ ਦੁਆਲੇ ਉਹਨਾਂ ਨੇ ਥਾਪੜੇ ਮਾਰਿਆ, ਮੇਰੀ ਪੱਗ ਲਾਹੀ ਆ, ਦੇਖ ਸਕਦੇ ਹੋ ਤੁਸੀਂ ਮੇਰੀ ਕਮੀਜ਼ ਪੜੀ ਹੈ। ਮੇਰੀ ਗੱਲ ਸੁਣੋ, ਮੈਂ ਡਰੋਪ ਟੈਸਟ ਕਰਾਉਂਦਾ, ਮੇਰਾ ਜਿੱਦੇ ਤੋਂ ਜਨਮ ਹੋਇਆ ਅੱਜ ਤੱਕ ਮੇਰੇ 'ਚ ਕੋਈ ਕੈਮੀਕਲ ਹੋਵੇ, ਮੈਨੂੰ ਜਿੱਥੇ ਕਹੋ ਉੱਥੇ ਲੈ ਜਾਓ। ਉਹਦੇ 'ਚ ਉਹਨਾਂ ਨੇ ਮੇਰੀ ਪੱਗ ਲਾਉਂਦੇ ਦੇਖਿਆ ਤੁਸੀਂ, ਉਹਨਾਂ ਨੇ ਮੇਰਾ ਕਮੀਜ਼ ਪਾੜਿਆ ਦੇਖਿਆ ਤੁਸੀਂ, ਉਹਨਾਂ ਨੇ ਮੇਰੇ ਥਾਪੜੇ ਮਾਰੇ ਉਹ ਦਿਖਾਇਆ ਉਹਨਾਂ ਨੇ। ਬਾਈ ਜੀ ਜਦੋਂ ਤੁਸੀਂ ਵੀਡੀਓ ਵੇਖੀ ਆ, ਜਿਹੜੀ ਮੇਰੀ ਕਮੀਜ਼ ਪਾੜੀ ਹੋਈ ਆ, ਜਿਹੜੀ ਮੇਰੀ ਪੱਗ ਲਾਹੀ ਹੋਈ ਆ, ਇਹ ਦੇਖੀ ਆ ਉਹ 'ਚ ਤੁਸੀਂ। ਮੈਂ ਤਾਂ ਜੀ ਇਕੱਲਾ ਬੰਦਾ ਵਿੱਚ 7 ਜਣੇ 'ਚ ਖੜਾਂਗਾ, ਮੈਂ ਵੀਡੀਓ ਬਣਾਉਂ ਜਾਂ ਮੈਂ ਆਪਦਾ ਬਚਾਅ ਕਰੂੰਗਾ। ਲੱਗਦਾ ਟਿਕਟ ਨੂੰ ਲੈ ਕੇ ਹੀ ਟਿਕਟ, ਅੱਧੀ ਟਿਕਟ ਹਾਫ ਟਿਕਟ ਪਿੱਛੇ ਹੋਇਆ ਜੀ। ਹੁਣ ਥਾਣੇ ਆਏ ਹੋ? ਹਾਂਜੀ, ਹੁਣ ਥਾਣੇ ਅਸੀਂ FIR ਦਰਜ ਲਿਖਾ ਕੇ, ਸਾਡਾ ਪਟਿਆਲਾ ਟੂ ਨੰਗਲ, ਨੰਗਲ ਟੂ ਬਠਿੰਡਾ ਟਾਈਮ ਮਿਸ ਹੋਇਆ ਸੀ, ਟਾਈਮ ਖਰਚਾ, ਜੇ ਸਾਡੇ ਨਾਲ ਇਨਸਾਫ ਨਹੀਂ ਹੋਇਆ ਜਾਊਗਾ ਅਸੀਂ ਪਟਿਆਲਾ ਚੌਂਕ ਬੱਸ ਸਟੈਂਡ ਬੰਦ ਕਰਾਂਗੇ। ਪੁਲਿਸ ਵੱਲੋਂ ਕੀ ਗੱਲਬਾਤ ਹੋ ਰਹੀ? ਉਹ ਉਹਨਾਂ ਨੇ ਜੀ ਸਾਡੇ ਬਿਆਨ ਲਏ ਅਤੇ ਇਹਨਾਂ ਦੇ ਬਿਆਨ ਲਏ ਅਤੇ ਹਜੇ ਅਗਲੀ ਕਾਰਵਾਈ ਚੱਲ ਰਹੀ।